ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਮੇਰੇ ਅਫੀਸ਼ੀਅਲ YouTube ਚੈਨਲ ਪੰਜਾਬ ਜੋਬ ਅਪਡੇਟ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਚਲਾਏ ਜਾ ਰਹੇ ਡਿਸਟੈਂਸ ਐਜੂਕੇਸ਼ਨ ਕੋਰਸਸ ਦੇ ਦਾਖਲਾ ਫਾਰਮਾਂ ਬਾਰੇ ਤੁਸੀਂ ਇਹਨਾਂ ਵਿੱਚ ਐਡਮਿਸ਼ਨ ਕਿਵੇਂ ਕਰਵਾ ਸਕਦੇ ਹੋ ਇਹਦੀ ਇਹਨਾਂ ਦੀ ਟੋਟਲ ਫੀਸ ਤੁਹਾਨੂੰ ਕਿੰਨੀ ਪੇ ਕਰਨੀ ਪਵੇਗੀ ਅਤੇ ਇਹ ਫਾਰਮ ਜੋ ਹੈ ਤੁਸੀਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹੋ ਅਤੇ ਇਹਨਾਂ ਦੀ ਕੀ ਐਲੀਜੀਬਿਲਿਟੀ ਹੈ ਇਸ ਦੇ ਬਾਰੇ ਜੋ ਹੈ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਪੰਜਾਬ ਵਿੱਚ ਨਿਕਲਣ ਵਾਲੇ ਨਵੇਂ-ਨਵੇਂ ਰਿਕਰੂਟਮੈਂਟਾਂ ਅਤੇ ਐਡਮਿਸ਼ਨ ਫਾਰਮਾਂ ਬਾਰੇ ਜੋ ਹੈ ਉਹ ਪਤਾ ਲੱਗਦਾ ਰਹੇ। ਦੋਸਤੋ ਹੁਣ ਅਸੀਂ ਤੁਹਾਨੂੰ ਸਿੱਧਾ ਲੈ ਚਾਲਦੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਾਏ ਗਏ ਡਿਸਟੈਂਸ ਐਜੂਕੇਸ਼ਨ ਕੋਰਸਸ ਦੇ ਪ੍ਰੋਸਪੈਕਟ ਦੇ ਉੱਤੇ। ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਸਾਹਮਣੇ ਅਸੀਂ ਇਹ ਪ੍ਰੋਸਪੈਕਟ ਖੋਲ੍ਹ ਲਿਆ ਹੈ। ਇਸ ਦੇ ਉੱਪਰ ਲਿਖਿਆ ਹੈ ਪ੍ਰੋਸਪੈਕਟਸ ਡਿਪਾਰਟਮੈਂਟ ਆਫ ਡਿਸਟੈਂਸ ਐਜੂਕੇਸ਼ਨ ਅਸੀਂ ਇਸ ਦੇ ਵਿੱਚ ਦਿੱਤੀ ਗਈ ਤੁਹਾਨੂੰ ਸਾਰੀ ਜਾਣਕਾਰੀ ਜੋ ਹੈ ਉਹ ਇੱਕ ਇੱਕ ਕਰਕੇ ਸਭ ਚੀਜ਼ਾਂ ਬਾਰੇ ਦੱਸ ਦੇਵਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਸਾਹਮਣੇ ਅਸੀਂ ਇੱਕ ਪੇਜ ਖੋਲ੍ਹਿਆ ਹੈ ਇਸ ਦੇ ਉੱਪਰ ਤੁਸੀਂ ਲਿਖਿਆ ਹੈ ਤੁਸੀਂ ਇਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਲਿਖਿਆ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੋਲੋ ਜੋ ਕੋਰਸ ਚਲਾਏ ਜਾ ਰਹੇ ਹਨ ਜਿਵੇਂ ਐਮਏ ਪੰਜਾਬੀ ਇੰਗਲਿਸ਼ ਹਿੰਦੀ ਹਿਸਟਰੀ ਇਕਨੋਮਿਕਸ ਪੋਲੀਟੀਕਲ ਸਾਇੰਸ ਰਿਲੀਜੀਅਸ ਸਟਡੀ ਸਿੱਖ ਸਟਡੀ ਪਬਲਿਕ ਐਡ ਸੋਸ਼ੀਓਲੋਜੀ ਐਂਡ ਜਰਨਲਿਜ਼ਮ ਮਾਸ ਕਮਿਊਨੀਕੇਸ਼ਨ ਇਸੇ ਤਰ੍ਹਾਂ ਹੀ ਐਜੂਕੇਸ਼ਨ ਐਮ ਕਮ ਹੋ ਗਈ ਐਮ ਲਿਬ ਐਮ ਐਸ ਸੀ ਆਈਟੀ ਦੀ ਜੋ ਲਾਸਟ ਡੇਟ ਹੈ ਉਹ 27/8/2021 ਹੈ ਤੁਸੀਂ 27 ਅਗਸਤ 2021 ਤੱਕ ਇਹਨਾਂ ਫਾਰਮਾਂ ਨੂੰ ਜੋ ਹੈ ਬਿਨਾਂ ਲੇਟ ਫੀਸ ਤੋਂ ਭਰ ਸਕਦੇ ਹੋ ਅਤੇ ਉਸ ਤੋਂ ਬਾਅਦ 10/9/2021 ਜੋ ਫੀਸ ਹੈ ਉਹ ਲੇਟ ਫੀਸ ਨਾਲ ਹੀ ਯਾਨੀ 1000 ਰੁਪਏ ਲੇਟ ਫੀਸ ਨਾਲ ਹੀ ਤੁਸੀਂ ਇਹ ਫਾਰਮ ਜੋ ਹੈ ਭਰ ਸਕਦੇ ਹੋ ਅਤੇ ਇਸ ਦੇ ਨਾਲ ਹੀ 30/9/2021 ਤੱਕ ਤੁਸੀਂ 2500 ਰੁਪਏ ਲੇਟ ਫੀਸ ਨਾਲ ਇਹ ਫਾਰਮ ਜੋ ਹੈ ਉਹ ਅਪਲਾਈ ਕਰ ਸਕਦੇ ਹੋ ਅੱਗੇ ਜੇਕਰ ਆਪਾਂ ਗੱਲ ਕਰੀਏ ਇਹਨਾਂ ਵਿੱਚ ਯੂਨੀਵਰਸਿਟੀ ਵੱਲੋਂ ਚਲਾਏ ਗਏ ਗ੍ਰੈਜੂਏਸ਼ਨ ਕੋਰਸਾਂ ਬਾਰੇ ਤਾਂ ਇਸ ਦੇ ਦੌਰਾਨ ਤੁਸੀਂ ਬੀਏ, ਬੀਕੋਮ, ਬੀਬੀਏ, ਬੀਐਡ, ਬੀਸੀਏ ਅਤੇ ਬੀਲੀਬ ਦੇ ਜੋ ਕੋਰਸਸ ਹਨ ਉਹ ਕਰ ਸਕਦੇ ਹੋ। ਤੁਸੀਂ ਇਹਨਾਂ ਕੋਰਸਸ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਜੋ ਹੈ ਉਹ ਵੀ 7 ਅਗਸਤ 2021 ਹੈ। 1000 ਰੁਪਏ ਲੇਟ ਫੀਸ ਨਾਲ 10/9/2021 ਹੈ ਅਤੇ 2500 ਰੁਪਏ ਲੇਟ ਫੀਸ ਨਾਲ 30/9/2021 ਹੈ। ਇਸ ਦੇ ਨਾਲ ਹੀ ਤੁਸੀਂ ਪੀਜੀ ਡਿਪਲੋਮਾ ਜੋ ਯੂਨੀਵਰਸਿਟੀ ਵੱਲੋਂ ਚਲਾਏ ਜਾਂਦੇ ਹਨ ਉਹ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਦੀ ਲਾਸਟ ਡੇਟ ਵੀ ਦੋਸਤੋ ਜੋ ਹੈ ਉਹ ਸੇਮ ਹੀ ਹੈ ਦੋਸਤੋ ਅੱਗੇ ਆਪਾਂ ਗੱਲ ਕਰਦੇ ਹਾਂ ਇਹਨਾਂ ਯੂਨੀਵਰਸਿਟੀ ਵੱਲੋਂ ਚਲਾਏ ਗਏ ਬੀਸੀਏ ਦਾ ਜੋ ਐਨੂਅਲ ਕੋਰਸ ਹੈ ਉਸ ਦੀ ਲਾਸਟ ਡੇਟ ਬਾਰੇ ਤੁਸੀਂ ਉਹ ਕੋਰਸ ਵੀ ਇਸ ਦੇ ਦੌਰਾਨ ਕਰ ਸਕਦੇ ਹੋ ਉਹਨਾਂ ਦੀ ਲਾਸਟ ਡੇਟ ਵੀ 27/8/2021 ਹੈ 1000 ਰੁਪਏ ਲੇਟ ਫੀਸ ਨਾਲ 10/9/21 ਅਤੇ 2500 ਰੁਪਏ ਲੇਟ ਫੀਸ ਨਾਲ 30/9/21 ਹੈ ਤੁਸੀਂ ਇਹ ਦਰਸਾਏ ਗਏ ਕੋਰਸਸ ਵੀ ਯੂਨੀਵਰਸਿਟੀ ਦੁਆਰਾ ਜੋ ਹੈ ਡਿਸਟੈਂਸ ਐਜੂਕੇਸ਼ਨ ਰਾਹੀਂ ਜੋ ਹੈ ਉਹ ਕਰ ਸਕਦੇ ਹੋ। ਦੋਸਤੋ ਅੱਗੇ ਅਸੀਂ ਤੁਹਾਨੂੰ ਸਿੱਧਾ ਲੈ ਚੱਲਦੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੋਲੋ ਰੱਖੀਆਂ ਗਈਆਂ ਵੱਖ-ਵੱਖ ਕੋਰਸਾਂ ਦੀਆਂ ਫੀਸਾਂ ਬਾਰੇ ਉਸ ਪੇਜ ਦੇ ਉੱਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਸਮੈਸਟਰ ਪਹਿਲਾ ਦੂਜਾ ਜਿਵੇਂ ਕਿ ਪੰਜਾਬੀ, ਇੰਗਲਿਸ਼, ਹਿੰਦੀ, ਹਿਸਟਰੀ, ਇਕਨੋਮਿਕਸ, ਪੋਲਿਟিক্যাল ਸਾਇੰਸ, ਰਿਲੀਜੀਅਸ ਸਟਡੀਜ਼, ਸਿੱਖ ਸਟਡੀ ਅਤੇ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਜੋ ਫੀਸ ਹੈ ਉਹ ਤੁਹਾਡੇ ਸਾਹਮਣੇ ਹੈ। ਅਤੇ ਇਸ ਦੀ ਟੋਟਲ ਫੀਸ ਜੋ ਸਟੂਡੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਰਜਿਸਟਰਡ ਹਨ ਉਹ ਇੰਨੀ ਫੀਸ ਹੈ ਅਤੇ ਇਸ ਦੇ ਨਾਲ ਬਬਾ ਦੋਸਤੋ ਬਾਕੀ ਹੋਰ ਚਾਰਜਸ ਵੀ ਲੱਗ ਜਾਂਦੇ ਹਨ ਜਿਸ ਕਾਰਨ ਤੁਹਾਡੀ ਫੀਸ ਜੋ ਹੈ ਉਹ ਵੱਧ ਕੇ ਤਕਰੀਬਨ 9300 ਜਾਂ 9500 ਦੇ ਨੇੜੇ ਤੇੜੇ ਉਹ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਟੋਟਲ ਫੀਸ ਜੇਕਰ ਸਟੂਡੈਂਟ ਪੰਜਾਬੀ ਯੂਨੀਵਰਸਿਟੀ ਨਾਲ ਰਜਿਸਟਰਡ ਨਹੀਂ ਹਨ ਉਹਨਾਂ ਦੀ ਟੋਟਲ ਫੀਸ ਜੋ ਹੈ ਉਹ ਇੰਨੀ ਹੈ 10454 ਹੈ ਅਤੇ ਇਸ ਦੇ ਨਾਲ ਵੀ ਬਾਕੀ ਦੇ ਚਾਰਜਸ ਜੋ ਲੱਗਦੇ ਹਨ ਉਹ ਲੱਗ ਕੇ ਤੁਹਾਡੀ ਫੀਸ 10000 ਜੋ ਪੂਰੀ 11000 ਤੱਕ ਜੋ ਹੈ ਉਹ ਪਹੁੰਚ ਜਾਂਦੀ ਹੈ ਇਸ ਤਰ੍ਹਾਂ ਹੀ ਸੈਮੈਸਟਰ ਦੂਜੀ ਦੀ ਫੀਸ ਦੀ ਗੱਲ ਕਰੀਏ ਤਾਂ ਉਹ ਇੰਨੀ ਹੈ ਜੋ ਸਟੂਡੈਂਟ ਕਿਸੇ ਹੋਰ ਯੂਨੀਵਰਸਿਟੀ ਤੋਂ ਆਏ ਹਨ ਉਹਨਾਂ ਵਾਸਤੇ ਫੀਸ ਜੋ ਹੈ ਉਹ ਇੰਨੀ ਲੱਗੇਗੀ ਅੱਗੇ ਜੇਕਰ ਆਪਾਂ ਗੱਲ ਕਰੀਏ ਇਹਨਾਂ ਬਾਕੀ ਕੋਰਸਸ ਦੀ ਫੀਸ ਬਾਰੇ ਤਾਂ ਤੁਸੀਂ ਇਸ ਪ੍ਰੋਸਪੈਕਟ ਦੇ ਵਿੱਚ ਜੋ ਹੈ ਉਹ ਦੇਖ ਸਕਦੇ ਹੋ ਅਸੀਂ ਇਸ ਪ੍ਰੋਸਪੈਕਟ ਦੀ ਪੀਡੀਐਫ ਫਾਈਲ ਜੋ ਹੈ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜੋ ਹੈ ਉਹ ਪ੍ਰੋਵਾਈਡ ਕਰਵਾ ਦੇਵਾਂਗੇ ਦੋਸਤੋ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਦਈਏ ਕਿ BCA ਦੇ ਕੋਰਸ ਜੋ ਚਲਾਏ ਜਾ ਰਹੇ ਹਨ ਯੂਨੀਵਰਸਿਟੀ ਵੱਲੋਂ ਉਹਦੇ ਸੈਮੈਸਟਰ ਦੂਜਾ ਤੀਜਾ ਚੌਥਾ ਦੀ ਜੇਕਰ ਆਪਾਂ ਫੀਸ ਦੀ ਗੱਲ ਕਰੀਏ ਓਪੀ ਜੇਕਰ ਸਟੂਡੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਰਜਿਸਟਰਡ ਹਨ ਤਾਂ ਉਹਨਾਂ ਦੀ ਫੀਸ ਇੰਨੀ ਹੈ ਅਤੇ ਜੋ ਸਟੂਡੈਂਟ ਕਿਸੇ ਹੋਰ ਯੂਨੀਵਰਸਿਟੀ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆ ਕੇ ਉਹ ਕੋਰਸ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਦੀ ਫੀਸ ਜੋ ਹੈ ਉਹ ਇੰਨੀ ਲੱਗੇਗੀ ਇਸ ਦੇ ਨਾਲ ਹੀ ਬਾਕੀ ਕੋਰਸਸ ਬਾਰੇ ਵੀ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪੀਡੀਐਫ ਫਾਈਲ ਤੁਹਾਨੂੰ ਮਹੀਆ ਕਰਵਾ ਦਿੱਤੀ ਜਾਵੇਗੀ ਤੁਸੀਂ ਉਸ ਤੋਂ ਜੋ ਹੈ ਇਹਨਾਂ ਕੋ ਐਡਮਿਸ਼ਨ ਫੀਸ ਬਾਰੇ ਜੋ ਹੈ ਉਹ ਪਤਾ ਕਰ ਸਕਦੇ ਹੋ ਦੋਸਤੋ ਇਸ ਦੇ ਨਾਲ ਹੀ ਇਹਨਾਂ ਨੇ ਇਸ ਪੇਜ ਦੇ ਵਿੱਚ ਆ ਬਾਕਸ ਦੇ ਵਿੱਚ ਲਿਖਿਆ ਹੈ ਕਿ ਜਿਹੜੇ ਉਮੀਦਵਾਰ ਆਪਣਾ ਦਾਖਲਾ ਆਨਲਾਈਨ ਵੀਧੀ ਰਾਹੀਂ ਕਰਵਾਉਣਾ ਚਾਹੁੰਦੇ ਹਨ ਉਸ ਨੂੰ ਦਰਸਾਈ ਫੀਸ ਦੇ ਨਾਲ 500 ਰੁਪਏ ਦਾਖਲਾ ਫੀਸ ਫਾਰਮ ਫੀਸ ਵੀ ਜਮ੍ਹਾਂ ਕਰਵਾਉਣੀ ਪਵੇਗੀ ਪਰੰਤੂ ਜਿਹੜਾ ਉਮੀਦਵਾਰ ਵਿਭਾਗ ਦੇ ਪ੍ਰੋਸਪੈਕਟ ਦੀ ਖਰੀਦ 200 ਰੁਪਏ ਨਾਲ ਕਰਨ ਉਪਰੰਤ ਆਪਣਾ ਫਾਰਮ ਆਫਲਾਈਨ ਵੀਧੀ ਨਾਲ ਜਮ੍ਹਾਂ ਕਰਵਾਉਂਦਾ ਹੈ ਉਸ ਨੂੰ ਦਰਸਾਈ ਫੀਸ ਦੇ ਨਾਲ 300 ਰੁਪਏ ਵੀ ਜਮ੍ਹਾਂ ਕਰਵਾਉਣੇ ਪੈਣਗੇ ਦੋਸਤੋ ਜੇਕਰ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਹਨਾਂ ਫਾਰਮਾਂ ਵਿੱਚ ਇੰਟਰਸਟਿਡ ਹੋ ਅਤੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡਾ ਫਾਰਮ ਜੋ ਹੈ ਉਹ ਫਿਲ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਖੁਦ ਜਾ ਕੇ ਦਸਤੀ ਜਾਂ ਫਿਰ ਆਨਲਾਈਨ ਵਿਧੀ ਰਾਹੀਂ ਅਸੀਂ ਉੱਥੇ ਜਮ੍ਹਾਂ ਕਰਵਾ ਦੇਵਾਂਗੇ ਤੁਹਾਨੂੰ ਇਸ ਫਾਰਮ ਭਰਨ ਦੌਰਾਨ ਕੋਈ ਦਿੱਕਤ ਪੇਸ਼ ਨਹੀਂ ਆਵੇਗੀ ਦੋਸਤੋ ਇਸ ਦੇ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਪਤਾ ਹੈ ਜਿੰਦਲ ਬੁੱਕਸਟੋਰ ਐਂਡ ਫੋਟੋਸਟੇਟ ਸਿਨੇਮਾ ਰੋਡ ਸੁਨਾਮ ਡਿਸਟ੍ਰਿਕਟ ਸੰਗਰੂਰ ਤੇ ਸਾਡਾ ਮੋਬਾਈਲ ਨੰਬਰ ਹੈ 94171 24542 ਅਤੇ ਦੂਜਾ ਮੋਬਾਈਲ ਨੰਬਰ ਹੈ 98723 99855 ਅਸੀਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇਹ ਮੋਬਾਈਲ ਨੰਬਰ ਜੋ ਹੈ ਉਹ ਪ੍ਰੋਵਾਈਡ ਕਰਵਾ ਦਵਾਂਗੇ ਤੁਸੀਂ ਸਾਨੂੰ WhatsApp ਕੰਟੈਕਟ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੀ PCP ਯਾਨੀ ਕਿ ਇੰਟਰ ਪਰਸਨਲ ਕੰਟੈਕਟ ਪ੍ਰੋਗਰਾਮ ਬਾਰੇ ਯਾਨੀ ਕਿ ਨਿੱਜੀ ਸੰਪਰਕ ਪ੍ਰੋਗਰਾਮ ਬਾਰੇ ਅਤੇ ਇੰਟਰਨਲ ਅਸੈਸਮੈਂਟ ਬਾਰੇ ਜੋ ਹੈ ਤੁਹਾਨੂੰ ਇਸ ਦੇ ਦੌਰਾਨ ਆਪਾਂ ਜਾਣਕਾਰੀ ਦਵਾਂਗੇ ਦੋਸਤੋ ਇਹਨਾਂ ਨੇ ਪੁਆਇੰਟ 1 ਦੇ ਵਿੱਚ ਲਿਖਿਆ ਹੈ ਕਿ ਨਿੱਜੀ ਸੰਪਰਕ ਪ੍ਰੋਗਰਾਮ ਪੀਸੀਪ ਡਿਸਟੈਂਸ ਐਜੂਕੇਸ਼ਨ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਮਹੱਤਵਪੂਰਨ ਪੱਖ ਹੈ ਵਿਭਾਗ ਵਿੱਚ ਚੱਲ ਰਹੇ ਹਰੇਕ ਕੋਰਸ ਦੇ ਪੀਸੀਪ ਕੋਰਸ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤੇ ਹੋਏ ਆਰਡੀਨੈਂਸ ਅਤੇ ਪੰਜਾਬੀ ਯੂਨੀਵਰਸਿਟੀ ਜਾਂ ਯੂਜੀਸੀ ਦੇ ਨਿਯਮਾਂ ਅਤੇ ਆਦੇਸ਼ਾਂ ਅਨੁਸਾਰ ਲਗਾਏ ਜਾਣਗੇ ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਜੋ ਹੈ ਸਮੇਂ-ਸਮੇਂ ਤੇ ਵਿਭਾਗ ਦੀ ਵੈੱਬਸਾਈਟ ਤੇ ਹੈ ਅਪਲੋਡ ਕਰ ਦਿੱਤੀ ਜਾਵੇਗੀ। ਦੋਸਤੋ ਤੁਸੀਂ ਇਸ ਦੇ ਲਈ ਸਮੇਂ-ਸਮੇਂ ਤੇ ਵਿਭਾਗ ਦੀ ਵੈੱਬਸਾਈਟ ਜੋ ਹੈ ਉਹ ਚੈੱਕ ਕਰਦੇ ਰਹਿਣਾ ਹੈ। ਅੱਗੇ ਨੰਬਰ 2 ਤੇ ਇਹਨਾਂ ਨੇ ਲਿਖਿਆ ਹੈ ਪ੍ਰੋਫੈਸ਼ਨਲ ਕੋਰਸਾਂ ਵਿੱਚ ਨਿੱਜੀ ਸੰਪਰਕ ਪ੍ਰੋਗਰਾਮ ਲਾਜ਼ਮੀ ਹੈ। ਜੇਕਰ ਕੋਈ ਵਿਦਿਆਰਥੀ ਨਿੱਜੀ ਸੰਪਰਕ ਪ੍ਰੋਗਰਾਮ ਵਿੱਚ ਹਾਜ਼ਰ ਨਾ ਹੋ ਸਕਿਆ ਹੋਵੇ ਤਾਂ ਉਹ ਵਿਦਿਆਰਥੀ 2500 ਰੁਪਏ ਫੀਸ ਜਮ੍ਹਾਂ ਕਰਵਾ ਕੇ ਸਪੈਸ਼ਲ ਨਿੱਜੀ ਪ੍ਰੋਗਰਾਮ ਸੰਪਰਕ ਜੋ ਹੈ ਉਹ ਲਗਾ ਸਕਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ 3rd ਪੁਆਇੰਟ ਦੀ ਜੋ ਯੂਨੀਵਰਸਿਟੀ ਵੱਲੋਂ ਦਿੱਤਾ ਹੈ ਇੰਟਰਨਲ ਅਸੈਸਮੈਂਟ ਸਾਰੇ ਪੋਸਟ ਗ੍ਰੈਜੂਏਟ ਕੋਰਸਾਂ ਦਾ ਜ਼ਰੂਰੀ ਅੰਗ ਹੈ ਅਤੇ ਕੁਝ ਅੰਡਰ ਗ੍ਰੈਜੂਏਟ ਕੋਰਸਾਂ ਜਿਵੇਂ ਕਿ ਡਿਪਲੋਮਾ ਕੋਰਸ ਸਰਟੀਫਿਕੇਟ ਕੋਰਸਾਂ ਦਾ ਵੀ ਜ਼ਰੂਰੀ ਅੰਗ ਹੈ ਅੰਦਰੂਨੀ ਯਾਨੀ ਕਿ ਇੰਟਰਨਲ ਅਤੇ ਐਕਸਟਰਨਲ ਅੰਕਾਂ ਦਾ ਅਨੁਪਾਤ ਹਰ ਕੋਰਸ ਲਈ ਅਲੱਗ-ਅਲੱਗ ਹੈ ਜਿਸ ਬਾਰੇ ਜਾਣਕਾਰੀ ਸਬੰਧਿਤ ਕੋਰਸ ਦੇ ਸਿਲੇਬਸ ਜਿਹੜੀ ਕਿ ਵੈਬਸਾਈਟ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈਬਸਾਈਟ ਦੇ ਉੱਪਰ ਸਿਲੇਬਸ ਜੋ ਹੈ ਉਹ ਦਿੱਤਾ ਗਿਆ ਹੈ ਅਸੀਂ ਤੁਹਾਨੂੰ ਉਸ ਦਾ ਲਿੰਕ ਵੀ ਇਸ ਵੀਡੀਓ ਦੇ ਵਿੱਚ ਜੋ ਹੈ ਉਹ ਪ੍ਰੋਵਾਈਡ ਕਰਵਾ ਦੇਵਾਂਗੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਇੰਟਰਨਲ ਅਸੈਸਮੈਂਟ ਨਿੱਜੀ ਸੰਪਰਕ ਪ੍ਰੋਗਰਾਮ ਦੌਰਾਨ ਕਲਾਸ ਹਾਜ਼ਰੀ ਟੈਸਟ ਰਿਸਪਾਂਸ ਸ਼ੀਟ ਯਾਨੀ ਕਿ ਅਸਾਈਨਮੈਂਟਾਂ ਵਾਈਵਾ ਦੇ ਆਧਾਰ ਤੇ ਜੋ ਹੈ ਉਹ ਲਗਾਈ ਜਾਵੇਗੀ ਦੋਸਤੋ ਇਹ ਇੰਟਰਨਲ ਅਸੈਸਮੈਂਟ ਜੋ ਹੈ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤੁਹਾਡੀ ਸਿਰਫ ਐਡਮਿਸ਼ਨ ਫਾਰਮ ਭਰਨ ਨਾਲ ਹੀ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਮ ਲਈ ਫਾਰਮ ਲਈ ਐਲੀਜੀਬਲ ਨਹੀਂ ਹੋ ਜਾਂਦੇ ਤੁਹਾਨੂੰ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਮੇਂ-ਸਮੇਂ ਤੇ ਇੰਟਰਨਲ ਪੀਸੀਪੀ ਕਲਾਸਾਂ ਵੀ ਜ਼ਰੂਰ ਲਗਾਨੀਆਂ ਪੈਣਗੀਆਂ ਕਿਉਂਕਿ ਇਸ ਦੇ ਆਧਾਰ ਤੇ ਹੀ ਤੁਹਾਡੀ ਜੋ ਹੈ ਇੰਟਰਨਲ ਅਸੈਸਮੈਂਟ ਜੋ ਹੈ ਉਹ ਲਗਣੀ ਹੈ ਅੱਗੇ ਇਹਨਾਂ ਨੇ ਲਿਖਿਆ ਹੈ ਕਿ ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਵਿਸ਼ਾ ਇੰਚਾਰਜ ਵੱਲੋਂ ਦਿੱਤੀ ਜਾਵੇਗੀ ਦੋਸਤੋ ਅਸੀਂ ਹੁਣ ਤੁਹਾਨੂੰ ਸਿੱਧਾ ਲੈ ਚਾਲਦੇ ਹਾਂ ਤੁਹਾਡੇ ਕੋਰਸ ਅਨੁਸਾਰ ਜੋ ਕੋਰਸ ਤੁਸੀਂ ਕਰਨੇ ਹਨ ਉਸ ਅਨੁਸਾਰ ਤੁਹਾਡੇ ਸਬਜੈਕਟ ਸਮੈਸਟਰ ਵਾਈਜ਼ ਕਿਹੜੇ-ਕਿਹੜੇ ਹੋਣਗੇ ਉਹ ਤੁਹਾਨੂੰ ਇਸ ਪੇਜ ਦੇ ਉੱਪਰ ਜਾਣਕਾਰੀ ਮਿਲੇਗੀ ਜੇਕਰ ਤੁਸੀਂ ਐਮਏ ਪੰਜਾਬੀ ਭਾਗ ਪਹਿਲਾ ਸਮੈਸਟਰ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਇਹ ਸਬਜੈਕਟ ਜੋ ਨੇ ਉਹ ਤੁਹਾਡੇ ਸਾਹਮਣੇ ਦਿੱਤੇ ਗਏ ਹਨ ਅਤੇ ਸਮੈਸਟਰ ਦੂਜੇ ਦੇ ਪੰਜਾਬੀ ਐਮਏ ਪੰਜਾਬੀ ਵਾਲੇ ਜੋ ਸਬਜੈਕਟ ਹਨ ਉਹ ਇਹ ਵਾਲੇ ਹਨ ਇਸ ਤਰ੍ਹਾਂ ਹੀ ਤੁਸੀਂ ਅਗਲੇ ਸਮੈਸਟਰ ਯਾਨੀ ਕਿ ਤੀਜਾ ਸਮੈਸਟਰ ਦੇ ਸਬਜੈਕਟ ਵੀ ਇੱਥੇ ਦਿੱਤੇ ਗਏ ਹਨ ਅਤੇ ਚੌਥੇ ਸਮੈਸਟਰ ਬਾਰੇ ਵੀ ਜੋ ਹੈ ਇੱਥੇ ਸਬਜੈਕਟ ਜੋ ਨੇ ਉਹ ਦਿੱਤੇ ਗਏ ਹਨ ਇਸ ਤਰ੍ਹਾਂ ਹੀ ਤੁਸੀਂ ਇਸ ਵੀਡੀਓ ਦੇ ਵਿੱਚ ਸਾਰੇ ਸਬਜੈਕਟ ਬਾਰੇ ਜੋ ਹੈ ਉਹ ਜਾਣਕਾਰੀ ਪਤਾ ਕਰ ਸਕਦੇ ਹੋ ਤੁਸੀਂ ਹਰ ਕੋਰਸ ਦੇ ਹਰ ਸਬਜੈਕਟ ਬਾਰੇ ਇਸ ਇਸ ਪ੍ਰੋਸਪੈਕਟ ਦੇ ਵਿੱਚ ਜੋ ਹੈ ਉਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਦੋਸਤੋ ਸਬਜੈਕਟ ਸਬਜੈਕਟ ਦੱਸਣ ਤੋਂ ਬਾਅਦ ਅਸੀਂ ਹੁਣ ਤੁਹਾਨੂੰ ਸਿੱਧਾ ਲੈ ਚਾਲਦੇ ਹਾਂ ਤੁਸੀਂ ਜੋ ਫਾਰਮ ਫਿਲ ਕਰਨਾ ਹੈ ਉਸ ਦੇ ਉੱਪਰ ਤੁਸੀਂ ਇਹ ਫਾਰਮ ਜੋ ਤੁਸੀਂ ਦੇਖ ਰਹੇ ਹੋ ਇਹ ਫਾਰਮ ਦਾ ਪ੍ਰਿੰਟ ਆਊਟ ਜੋ ਹੈ ਉਹ ਤੁਸੀਂ ਲੈ ਲੈਣਾ ਹੈ ਇਸ ਦੇ ਨਾਲ ਪ੍ਰਿੰਟ ਆਊਟ ਲੈਣ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਮੰਗੀ ਗਈ ਜਾਣਕਾਰੀ ਜੋ ਹੈ ਉਹ ਭਰ ਦੇਣੀ ਹੈ ਜੇਕਰ ਤੁਹਾਨੂੰ ਇਹ ਫਾਰਮ ਭਰਨ ਦੌਰਾਨ ਕੋਈ ਦਿੱਕਤ ਆndi ਹੈ ਤਾਂ ਤੁਸੀਂ ਤਾਂ ਤੁਸੀਂ ਸਾਡੇ ਤੋਂ ਫਾਰਮ ਆਪਣਾ ਪ੍ਰਭਾਅ ਸਕਦੇ ਹੋ ਅਸੀਂ ਤੁਹਾਡਾ ਫਾਰਮ ਜੋ ਹੈ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੁਹਾਡੇ ਤੋਂ ਬਣਦੀ ਫੀਸ ਲੈ ਕੇ ਉੱਥੇ ਜੋ ਹੈ ਉਹ ਜਮ੍ਹਾਂ ਕਰਵਾ ਦੇਵਾਂਗੇ ਤੁਸੀਂ ਇਸ ਦੇ ਨਾਲ ਹੀ ਇਸ ਦਾ ਪ੍ਰਿੰਟ ਆਊਟ ਲੈ ਲੈਣਾ ਹੈ ਅੱਗੇ ਜੇਕਰ ਅੱਪਾ ਗੱਲ ਕਰੀਏ ਅਗਲੇ ਫਾਰਮ ਦੀ ਤੁਸੀਂ ਇਸ ਦਾ ਵੀ ਪ੍ਰਿੰਟ ਆਊਟ ਜੋ ਹੈ ਉਹ ਲੈ ਲੈਣਾ ਹੈ ਇਸ ਕਾ ਪੇਜ ਦਾ ਵੀ ਤੁਸੀਂ ਪ੍ਰਿੰਟ ਆਊਟ ਜੋ ਹੈ ਉਹ ਲੈ ਲੈਣਾ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ 1 ਬਾਈ 1 ਤੁਹਾਨੂੰ ਦੱਸਦੇ ਜਾ ਰਹੇ ਹਾਂ ਜੇਕਰ ਤੁਸੀਂ ਐਸੀ ਅਤੇ ਬੀਸੀ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਡੇ ਨਾਲ ਜੋ ਹੈ ਤੁਹਾਡਾ ਕਾਸ ਸਰਟੀਫਿਕੇਟ ਵੀ ਲਗਾਉਣਾ ਪਵੇਗਾ ਇਸ ਤਰ੍ਹਾਂ ਤੁਸੀਂ ਇਸ ਪੇਜ ਦਾ ਵੀ ਜੋ ਹੈ ਪ੍ਰਿੰਟ ਆਊਟ ਲੈ ਲੈਣਾ ਹੈ ਅਤੇ ਇਸ ਦੇ ਵਿੱਚ ਮੰਗੀ ਜਾਣਕਾਰੀ ਜੋ ਹੈ ਉਹ ਫਿਲ ਅਪ ਕਰ ਦੇਣੀ ਹੈ ਇਸਦੇ ਨਾਲ ਹੀ ਤੁਸੀਂ ਇਹ ਐਡਰੈਸ ਵਾਲੇ ਕਾਲਮ ਵੀ ਜੋ ਹੈ ਇਸ ਦਾ ਪ੍ਰਿੰਟ ਆਊਟ ਲੈ ਲੈਣਾ ਹੈ ਅਤੇ ਸਾਰਾ ਐਡਰੈਸ ਆਪਣਾ ਫਿਲ ਕਰਨ ਤੋਂ ਬਾਅਦ ਇਹ ਵੀ ਨਾਲ ਅਟੈਚ ਕਰ ਦੇਣਾ ਹੈ ਅਤੇ ਇਸ ਫਾਰਮ ਦਾ ਵੀ ਜੋ ਹੈ ਤੁਸੀਂ ਪ੍ਰਿੰਟ ਆਊਟ ਜੋ ਹੈ ਉਹ ਲੈ ਲੈਣਾ ਹੈ ਜਦੋਂ ਫਾਰਮ ਭਰਨ ਦੇ ਦੌਰਾਨ ਜੇਕਰ ਤੁਹਾਨੂੰ ਕੋਈ ਦਿੱਕਤ ਪੇਸ਼ ਆਂਦੀ ਹੈ ਤਾਂ ਤੁਸੀਂ ਐਡਮਿਨਿਸਟ੍ਰੇਟਿੰਗ ਸਟਾਫ ਨਾਲ ਇਹਨਾਂ ਦਿੱਤੇ ਗਏ ਨੰਬਰਾਂ ਤੇ ਜੋ ਹੈ ਸੰਪਰਕ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਦੋਸਤੋ ਪ੍ਰੋਸਪੈਕਟ ਦੇ ਹੈਂਥਲੇ ਪੇਜ ਤੇ ਸਾਰੇ ਕੋਰਸ ਜੋ ਵਿਭਾਗ ਵੱਲੋਂ ਚਲਾਏ ਜਾ ਰਹੇ ਹਨ ਉਹਨਾਂ ਬਾਰੇ ਜੋ ਹੈ ਉਹ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਵਿੱਚ ਬਹੁਤ ਸਾਰੇ ਕੋਰਸ ਜੋ ਨੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਸਟੈਂਸ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਚਲਾਏ ਜਾ ਰਹੇ ਹਨ ਤੁਸੀਂ ਇਹਨਾਂ ਕੋਰਸਸ ਨੂੰ ਜੋ ਹੈ ਉਹ ਅਪਲਾਈ ਕਰਕੇ ਜੋ ਹੈ ਆਪਣਾ ਫਾਰਮ ਜੋ ਹੈ ਦੋਸਤੋ ਇਸ ਦੇ ਨਾਲ ਹੀ ਸੀ ਤੁਹਾਨੂੰ ਦੱਸ ਦਈਏ ਕਿ ਉੱਪਰ ਦੱਸੇ ਗਏ ਫਾਰਮਾਂ ਤੋਂ ਇਲਾਵਾ ਇਸ ਦੇ ਨਾਲ ਕੁਝ ਹੋਰ ਫਾਰਮ ਵੀ ਜੋ ਨੇ ਉਹ ਨਾਂ ਲੱਗਣੇ ਹਨ ਜੋ ਕਿ ਤੁਹਾਨੂੰ ਸਾਡੀ ਦੁਕਾਨ ਜਿੰਦਲ ਬੁੱਕ ਸਟੋਰ ਐਂਡ ਫੋਟੋ ਸਟੇਟ ਸਿਨੇਮਾ ਰੋਡ ਸੁਨਾਮ ਡਿਸਟ੍ਰਿਕਟ ਸੰਗਰੂਰ ਤੋਂ ਜੇ ਹੈ ਉਹ ਪ੍ਰਾਪਤ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣਾ ਫਾਰਮ ਜੋ ਹੈ ਉਹ ਭਰ ਸਕਦੇ ਹੋ ਅਤੇ ਸਾਡ ਨੂੰ ਬੰਨਦੀ ਫੀਸ ਜੋ ਹੈ ਉਹ ਪੇ ਕਰਕੇ ਪੇ ਕਰ ਸਕਦੇ ਹੋ ਅਤੇ ਅਸੀਂ ਤੁਹਾਡਾ ਫਾਰਮ ਜੋ ਹੈ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਾ ਕੇ ਉੱਥੇ ਫਿਲ ਕਰ ਦੇਵਾਂਗੇ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ